अस्सलाम वालेकुम। आज सुबह साजरे उठदे जिद्दां असीं मार्केट पहुंचदे आं, उत्थे तां ना बंदा ना बंदे दे भूत। जिद्दां ही असीं एक दो कदम चुके आ ते जीरो पॉइंट ते तां बसां दी लाइन लगी पई होई सी। अद्धी आवाम तां अयूब खान जाण वाली सी ते अद्धी आवाम पारस जाण वाली सी। जिद्दां ही असीं उत्थे पहुंचदे आ, सानूं जी कम लभ गया कि चलो मुरब्बे च जाके कणक तों एफिड गिण के आओ। ਅਸੀਂ ਵੀ ਪਹੁੰਚੇ ਟਾਂਗਲੇ, ਅਸੀਂ ਕਿਹਾ ਹੋਣੀਆਂ ਕੋਈ ਇੱਕ ਦੋ ਜਾ ਕੇ ਗਿਣੇ ਹੋਣੇ ਆ। ਉਹ ਭਾਈ ਉੱਥੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਉਹ ਤਾਂ ਭਰੀ ਪਈ ਆ, 200-200 300-300 ਬੈਠੇ ਆ ਉੱਪਰ। ਤੇ ਦੂਜੀ ਤਰਫ ਤੁਸੀਂ ਅੱਲਾ ਦੀ ਕੁਦਰਤ ਦੇ ਨਜ਼ਾਰੇ ਚੈੱਕ ਕਰੋ। ਆ ਦੇਖੋ ਲੇਡੀ ਬਰਡ ਅੱਲਾ ਲੋਈ, ਦੇਖੋ ਉਹਨਾਂ ਨੂੰ ਖਾ ਖਾ ਕੇ ਖਤਮ ਕਰ ਰਿਹਾ ਵਾ। ਉਹ ਕਹਿੰਦੇ ਆ ਨਾ ਕਿ ਅੱਲਾ ਤਾਲਾ ਅਗਰ ਇੱਕ ਤਰਫ ਸਾਨੂੰ ਮੁਸੀਬਤ ਦਿੰਦੇ ਆ ਤੇ ਦੂਸਰੀ ਤਰਫ ਉਹਦਾ ਹੱਲ ਵੀ ਦਿੰਦੇ ਆ, ਇਸ ਲਈ ਕਦੀ ਵੀ ਨਾ ਉਮੀਦ ਨਹੀਂ ਹੋਣਾ ਚਾਹੀਦਾ। ਰੋਜ਼ੇ ਦੇ ਵਿੱਚ ਆ ਕਣਕ ਵੀ ਸਾਡੇ ਨਾਲ ਇੰਜ ਕਰ ਰਹੀ ਸੀ ਜਿੱਦਾਂ ਇੱਕ ਦਿਨ ਪਹਿਲਾਂ ਸਿਲੇਬਸ ਮੁੱਕਦਾ ਹੀ ਨਹੀਂ। ਇਹ ਕਣਕ ਵੀ ਮੁੱਕਣ ਦਾ ਨਾਂ ਨਾ ਲਵੇ, ਸਾਡੀ ਤਾਂ ਗਿਣ ਗਿਣ ਕੇ ਜ਼ੁਬਾਨ ਰਹਿ ਗਈ। ਉਹ ਤਾਂ ਮੁੱਕਾ ਨਹੀਂ ਨਾ। ਐਗਰੇਰੀਅਨਸ ਦੇ ਬੂਟਾਂ ਦਾ ਹਾਲ ਐ ਹੁੰਦਾ ਵਾ ਮੁਰੱਬਿਆਂ ਚ ਆ ਕੇ। ਉੱਥੇ ਖੜੇ ਖੜੇ ਸਾਡੀ ਨਜ਼ਰ ਪਈ ਇੱਕ ਸ਼ਿਕਾਰ ਤੇ। ਅਸੀਂ ਕਿਹਾ ਸ਼ਿਕਾਰੀ ਹੋਣ ਤੇ ਸ਼ਿਕਾਰ ਹੱਥੋਂ ਨਿਕਲ ਜਾਵੇ, ਅਸੀਂ ਵੀ ਉਹਨੂੰ ਫੜ ਲਿਆ। ਇਹ ਕੋਈ ਮੁਸ਼ਕਿਲ ਕੰਮ ਨਹੀਂ ਸੀ। ਫਿਰ ਅਸੀਂ ਐਂਡ ਤੇ ਸੋਚਿਆ ਕਿ ਜ਼ਰਾ ਅੱਜ ਚਿੰਚੀ ਰਕਸ਼ੇ ਦਾ ਨਾ ਸਫ਼ਰ ਕਰਕੇ ਦੇਖੀਏ। ਅਸੀਂ ਫਿਰ ਪੂਰਾ VIC ਸਫ਼ਰ ਕੀਤਾ ਤੇ ਅੱਜ ਮੈਂ ਚੱਲੀ ਸੀ ਆਪਣੇ ਘਰ ਵਾਪਸ। ਮੈਨੂੰ ਤਾਂ ਇੰਜ ਖੁਸ਼ੀ ਹੋ ਰਹੀ ਸੀ ਜਿੱਦਾਂ ਮੈਂ ਖਰਾ ਕਿਸੇ ਜੇਲ੍ਹ 'ਚ ਛੁੱਟ ਕੇ ਚੱਲੀ ਹੁੰਦੀ ਹਾਂ। ਮੈਨੂੰ ਤਾਂ ਟ੍ਰੇਨ ਦਾ ਸਫ਼ਰ ਬਹੁਤ ਹੀ ਪਸੰਦ ਆ। ਉਹ ਕਹਿੰਦੇ ਆ ਨਾ ਕਿ ਸਾਰੇ ਲੋਕੀ ਘਰਾਂ ਨੂੰ ਆਏ, ਉਹ ਨਾ ਆਏ ਮੁਹੰਮਦ ਬਖਸ਼ਾ ਜਿਨ੍ਹਾਂ ਦੇ ਦਾਖਲੇ ਐਗਰੀਕਲਚਰ ਯੂਨੀਵਰਸਿਟੀ 'ਚ ਕਰਾਏ, ਕਿਉਂਕਿ ਸਾਡੀ ਯੂਨੀਵਰਸਿਟੀ ਨੂੰ ਛੁੱਟੀਆਂ ਹੀ ਨਹੀਂ ਹੋਈਆਂ ਹਲੇ ਤਾਈਂ। ਇੱਕ ਤਾਂ ਰੋਜ਼ਿਆਂ ਵਿੱਚ ਸਫ਼ਰ ਵੀ ਮੁੱਕਣ ਦਾ ਨਾਂ ਨਹੀਂ ਲੈਂਦਾ। ਜਿੱਦਾਂ ਹੀ ਮੈਨੂੰ ਮੇਰਾ ਸ਼ਹਿਰ ਨਜ਼ਰ ਆਇਆ, ਮੈਨੂੰ ਤਾਂ ਸੁੱਖ ਦਾ ਸਾਹ ਆਇਆ। ਮੈਂ ਕਿਹਾ ਸ਼ੁਕਰ ਆ ਕਿਸੇ ਪਾਸੋਂ ਇਹ ਨਜ਼ਰ ਆਇਆ। ਫਿਰ ਮੈਨੂੰ ਲੈਣ ਕ੍ਰੀਮੀ ਵਾਈਟ ਬੁਆਇਜ਼ ਆਏ ਹੋਏ ਸੀ। ਜਿੱਦਾਂ ਹੀ ਮੈਨੂੰ ਪਿੰਡ ਨਜ਼ਰ ਆ ਰਿਹਾ ਸੀ ਨਾ, ਤੇ ਮੇਰੇ ਦੰਦ ਬਾਹਰ ਨੂੰ ਆ ਰਹੇ ਸੀਗੇ। ਜਿੱਦਾਂ ਹੀ ਮੈਂ ਘਰ ਪਹੁੰਚੀ ਆ ਜੀ, ਮੈਨੂੰ ਮਿਲਣ ਮੇਰਾ ਸਪੈਸ਼ਲ ਪਰਸਨ ਆਇਆ ਹੋਇਆ ਸੀ ਤੇ ਮੈਂ ਹੁਣ ਉਹਨੂੰ ਮਿਲਵਾ। ਤੁਹਾਨੂੰ ਅੱਲਾ ਹਾਫਿਜ਼, ਰੱਬ ਰੱਖਾਂ ਤੇ ਤੁਸੀਂ ਮੈਨੂੰ ਫੋਲੋ ਜ਼ਰੂਰ ਕਰਦੇ ਰਹੋ। ਮਿਹਰਬਾਨੀ ਹੈ ਤੁਹਾਡੀ।